ਸਵਾਗਤ ਹੈ ਤੁਹਾਡਾ ਸਭ ਦਾ ਮੇਰੇ ਅਫੀਸ਼ੀਅਲ YouTube ਚੈਨਲ ਪੰਜਾਬ ਜੋਬ ਅਪਡੇਟ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਅਧਿਨ ਸੇਵਾਵਾਂ ਚੋਣ ਬੋਰਡ ਵੱਲੋਂ ਕੱਢੀਆਂ ਗਈਆਂ ਚੋਣ ਕਾਨੂੰਗੋਦੀਆਂ ਪੋਸਟਾਂ ਬਾਰੇ ਤੁਸੀਂ ਇਹਨਾਂ ਪੋਸਟਾਂ ਦੀ ਐਲੀਜੀਬਿਲਟੀ ਕਿਵੇਂ ਚੈੱਕ ਕਰ ਸਕਦੇ ਹੋ ਤੇ ਇਹ ਕਿੰਨੀਆਂ ਟੋਟਲ ਕਿੰਨੀਆਂ ਪੋਸਟ ਹਨ ਅਤੇ ਇਹਨਾਂ ਦੀ ਪੇ ਸਕੇਲ ਜੋ ਹੈ ਉਹ ਕਿੰਨਾ ਹੋਵੇਗਾ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਗੱਲ ਜੋ ਹੈ ਉਹ ਕਰਾਂਗੇ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਭ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਪੰਜਾਬ ਵਿੱਚ ਨਿਕਲ ਅਤੇ ਉਹਨਾਂ ਰਿਗਾਰਡਿੰਗ ਜੋ ਅਪਡੇਟ ਆਉਂਦੇ ਰਹਿੰਦੇ ਹਨ ਉਹ ਤੁਹਾਨੂੰ ਪਤਾ ਲੱਗਦਾ ਰਹੇ ਅਤੇ ਇਸ ਦੇ ਨਾਲ ਹੀ ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੇ ਦਾਖਲਾ ਫਾਰਮ ਬਾਰੇ ਜਾਣਕਾਰੀ ਲੈਣੀ ਹੈ ਤਾਂ ਹਾਊਸ ਦੇ ਬਾਰੇ ਵੀ ਇਸ ਵੀਡੀਓ ਚੈਨਲ ਦੇ ਉੱਪਰ ਜੋ ਹੈ ਜਾਣਕਾਰੀ ਦਿੱਤੀ ਜਾਵੇਗੀ। ਦੋਸਤੋ ਹੁਣ ਅਸੀਂ ਤੁਹਾਨੂੰ ਸਿੱਧਾ ਲੈ ਚੱਲਦੇ ਹਾਂ ਦੀਨ ਸੇਵਾਮਾ ਚੋਣ ਬੋਰਡ ਵੱਲੋਂ ਪਾਏ ਗਏ ਇਲੈਕਸ਼ਨ ਕਾਨੂੰਗੋ ਦੇ ਸਿੱਧਾ ਨੋਟੀਫਿਕੇਸ਼ਨ ਦੇ ਉੱਪਰ। ਦੋਸਤੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਪੋਸਟਾਂ ਦੀ ਜੋ ਗਿਣਤੀ ਟੋਟਲ ਗਿਣਤੀ ਜੋ ਹੈ ਉਹ 5 ਹੈ। ਇਹਨਾਂ ਪੋਸਟਾਂ ਦੀ ਟੋਟਲ ਗਿਣਤੀ ਜੋ ਹੈ ਉਹ 5 ਹੈ ਅੱਗੇ ਆਪਾਂ ਇਹਨਾਂ ਪੋਸਟਾਂ ਬਾਰੇ ਕੈਟਾਗਰੀ ਵਾਈਜ਼ ਤੁਹਾਨੂੰ ਜਾਣਕਾਰੀ ਦੇਵਾਂਗੇ ਅੱਗੇ ਆਪਾਂ ਚੱਲਦੇ ਹਾਂ ਇਹਨਾਂ ਪੋਸਟਾਂ ਨੂੰ ਤੁਸੀਂ ਕਦੋਂ ਤੋਂ ਅਪਲਾਈ ਕਰ ਸਕਦੇ ਹੋ ਦੋਸਤੋ ਇਸ ਦੇ ਵਿੱਚ ਤੁਸੀਂ ਦੇਖ ਹੀ ਸਕਦੇ ਹੋ ਕਿ ਤੁਸੀਂ ਇਹਨਾਂ ਪੋਸਟਾਂ ਨੂੰ ਜੋ ਹੈ 1/7/2021 ਤੋਂ ਹੈ ਉਹ ਅਪਲਾਈ ਕਰ ਸਕਦੇ ਹੋ ਅਤੇ ਇਹਨਾਂ ਪੋਸਟ ਨੂੰ ਅਪਲਾਈ ਕਰਨ ਦੀ ਲਾਸਟ ਡੇਟ ਜੋ ਹੈ ਉਹ 19/7/2021 ਹੈ ਜੋ ਕਿ ਸ਼ਾਮ 5 ਵਜੇ ਤੱਕ ਹੋਵੇਗੀ ਅਤੇ ਇਸ ਦੇ ਨਾਲ ਹੀ ਫੀਸ ਭਰਨ ਦੀ ਆਖਰੀ ਮਿਤੀ ਜੋ ਹੈ ਉਹ 22/7/2021 ਇਕੀ ਹੈ ਅੱਗੇ ਜੇਕਰ ਆਪਾਂ ਇਹਨਾਂ ਪੋਸਟ ਨੂੰ ਅਪਲਾਈ ਕਰਨ ਦੀ ਗੱਲ ਕਰੀਏ ਤਾਂ ਤੁਸੀਂ ਪੀਟ੍ਰੀਪਲ ਐਸਬੀ ਦੀ ਵੈੱਬਸਾਈਟ ਦੇ ਉੱਪਰ ਜਾ ਕੇ ਇਹਨਾਂ ਪੋਸਟਾਂ ਨੂੰ ਜੋ ਹੈ ਉਹ ਅਪਲਾਈ ਕਰ ਸਕਦੇ ਹੋ ਦੋਸਤੋ ਅੱਗੇ ਜੇਕਰ ਆਪਾਂ ਇਹਨਾਂ ਪੋਸਟਾਂ ਦੀ ਕੈਟਾਗਰੀ ਬਾਰੇ ਗੱਲ ਕਰੀਏ ਤਾਂ ਬੀਸੀ ਕੈਟਾਗਰੀ ਯਾਨੀ ਕਿ ਪਛੜੀ ਸ਼੍ਰੇਣੀ ਦੇ ਲਈ ਟੋਟਲ ਪੋਸਟਾਂ ਜੋ ਹੈ ਉਹ ਇੱਕ ਹੈ ਜੋ ਕਿ ਸਿਰਫ ਇਸਤਰੀ ਉਮੀਦਵਾਰਾਂ ਲਈ ਹੀ ਰਾਖਵੀਂ ਰੱਖੀ ਗਈ ਹੈ ਅਤੇ ਇਸ ਦੇ ਨਾਲ ਹੀ ਸਾਬਕਾ ਫੌਜੀ ਜਨਰਲ ਕੈਟਾਗਰੀ ਦੇ ਲਈ ਜੋ ਅਸਾਮੀ ਦੀ ਗਿਣਤੀ ਹੈ ਉਹ ਇੱਕ ਹੈ ਅਤੇ ਇਹ ਵੀ ਸਿਰਫ ਇਸਤਰੀ ਉਮੀਦਵਾਰਾਂ ਲਈ ਜੋ ਹੈ ਉਹ ਰਾਖਵੀਂ ਰੱਖੀ ਗਈ ਹੈ। ਅੱਗੇ ਆਪਾਂ ਗੱਲ ਕਰਦੇ ਹਾਂ ਅੰਗਹੀਨ ਗੁੰਗੇ ਬੋਲੇ ਦੀ ਅਸਾਮੀ ਬਾਰੇ ਉਹ ਵੀ ਇੱਕ ਹੈ ਜੋ ਕਿ ਸਿਰਫ ਇਸਤਰੀ ਉਮੀਦਵਾਰ ਲਈ ਹੀ ਰਾਖਵੀਂ ਰੱਖੀ ਗਈ ਹੈ। ਅਤੇ ਅੱਗੇ ਆਪਾਂ ਗੱਲ ਕਰਦੇ ਹਾਂ ਆਰਥਿਕ ਤੌਰ ਤੇ ਕਮਜ਼ੋਰ ਯਾਨੀ ਕਿ EWS ਕੈਟਾਗਰੀ ਦੀਆਂ ਪੋਸਟਾਂ ਦੀ ਜੁਨਾ ਕਿ ਜਿਨ੍ਹਾਂ ਦੀ ਗਿਣਤੀ ਟੋਟਲ 2 ਹੈ ਜਿਸ ਦੇ ਵਿੱਚੋਂ ਇੱਕ ਪੋਸਟ ਜੋ ਹੈ ਇਸਤਰੀਆਂ ਲਈ ਰਾਖਵੀਂ ਰੱਖੀ ਗਈ ਹੈ। ਅੱਗੇ ਜੇਕਰ ਆਪਾਂ ਟੋਟਲ ਪੋਸਟਾਂ ਦੀ ਗੱਲ ਕਰੀਏ ਤਾਂ ਉਹ ਟੋਟਲ ਪੋਸਟਾਂ ਦੀ ਗਿਣਤੀ ਜੋ ਹੈ ਉਹ 5 ਹੈ। ਦੋਸਤੋ ਅੱਗੇ ਅਸੀਂ ਤੁਹਾਨੂੰ ਸਿੱਧਾ ਲੈ ਚੱਲਦੇ ਹਾਂ ਇਹਨਾਂ ਦੇ ਕੁਆਲੀਫਿਕੇਸ਼ਨ ਦੇ ਉੱਪਰ ਜੇ ਆਪ ਜੇਕਰ ਆਪਾਂ ਇਲੈਕਸ਼ਨ ਕਾਨਡਿਡੇਟ ਦੀ ਐਜੂਕੇਸ਼ਨ ਕੁਆਲੀਫਿਕੇਸ਼ਨ ਦੀ ਗੱਲ ਕਰੀ ਤੇ ਕਰੀਏ ਤਾਂ ਇਸ ਦੇ ਲਈ ਤੁਹਾਡੀ ਬੈਚਲਰ ਡਿਗਰੀ ਜੋ ਹੈ ਉਹ ਹੋਣੀ ਚਾਹੀਦੀ ਹੈ। ਕੋਈ ਵੀ ਗ੍ਰੈਜੂਏਸ਼ਨ ਕਰ ਚੁੱਕੇ ਕਰ ਚੁੱਕੇ ਉਮੀਦਵਾਰ ਇਹਨਾਂ ਪੋਸਟਾਂ ਨੂੰ ਜੋ ਹੈ ਉਹ ਅਪਲਾਈ ਕਰ ਸਕਦੇ ਹਨ। ਦੋਸਤੋ ਹੁਣ ਜੇਕਰ ਆਪਾਂ ਇਹਨਾਂ ਪੋਸਟਾਂ ਦੀ ਪੇ ਸਕੇਲ ਦੀ ਗੱਲ ਕਰੀਏ ਤਾਂ ਦਫ਼ਤਰ ਮੁਖ ਚੋਂ ਅਫਸਰ ਪੰਜਾਬ ਦੇ ਚੋਂ ਕਾਨੂੰਗਦੀ ਜੋ ਅਸਾਮੀ ਹੈ ਇਸ ਦੀ ਕੁੱਲ ਟੋਟਲ ਤਨਖਾਹ ਜੋ ਹੈ ਉਹ 29200 ਪਰ ਮੰਥਲੀ ਹੋਵੇਗੀ ਅਤੇ ਇਸ ਦੇ ਨਾਲ ਹੀ ਜੇਕਰ ਆਪਾਂ ਏਜ ਦੀ ਗੱਲ ਕਰੀਏ ਤਾਂ ਤੁਸੀਂ 18 ਸਾਲ ਤੋਂ ਲੈ ਕੇ 37 ਸਾਲ ਤੱਕ ਦੇ ਉਮੀਦਵਾਰ ਜੋ ਨੇ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਹਨ ਜੇਕਰ ਤੁਸੀਂ ਅਨੁਸੂਚਿਤ ਜਾਤੀ ਅਤੇ ਪਛੜੀ ਛੇੜਨੀ ਯਾਨੀ ਕਿ ਐਸ ਸੀ ਬੀ ਸੀ ਕੈਟਾਗਰੀ ਨਾਲ ਸੰਬੰਧ ਰੱਖਦੇ ਹੋ ਤਾਂ ਤੁਹਾਡੀ ਉੱਪਰਲੀ ਉਮਰ ਲਈ ਸੀ ਉਮਰ ਸੀਮਾ ਹੈ ਜੋ ਹੈ ਉਹ 42 ਸਾਲ ਹੋਵੇਗੀ ਦੋਸਤੋ ਹੁਣ ਆਪਾਂ ਗੱਲ ਕਰਦੇ ਆ ਇਹਨਾਂ ਪੋਸਟਾਂ ਦੀ ਫੀਸ ਬਾਰੇ ਜਨਰਲ ਕੈਟਾਗਰੀ ਫਰੀडम फाइਟਰ ਅਤੇ ਸਪੋਰਟਸ ਪਰਸਨ ਦੇ ਲਈ ਜੋ ਫੀਸ ਹੈ ਉਹ 1000 ਰੁਪਏ ਹੋਵੇਗੀ ਐਸਸੀ ਬੀਸੀ ਅਤੇ ਈਡਬਲਯੂਐਸ ਕੈਟਾਗਰੀ ਦੇ ਲਈ ਜੋ ਫੀਸ ਹੈ ਉਹ 250 ਰੁਪਏ ਹੋਵੇਗੀ ਸਾਬਕਾ ਫੌਜੀ ਐਕਸ ਸਰਵਿਸਮੈਨ ਅਤੇ ਡਿਪੈਂਡੈਂਟ ਜੋ ਕੈਟਾਗਰੀ ਹੈ ਉਸਦੇ ਲਈ ਫੀਸ ਜੋ ਹੈ ਉਹ 200 ਰੁਪਏ ਹੋਵੇਗੀ ਅਤੇ ਇਸ ਦੇ ਨਾਲ ਹੀ ਫਿਜ਼ੀਕਲ ਹੈਂਡੀਕੈਪ ਦੇ ਲਈ ਫੀਸ ਜੋ ਹੈ ਉਹ ਟੋਟਲ 500 ਰੁਪਏ ਹੋਵੇਗੀ ਦੋਸਤੋ ਅੱਗੇ ਜੇਕਰ ਆਪਾਂ ਗੱਲ ਕਰੀਏ ਇਹਨਾਂ ਪੋਸਟਾਂ ਦੀ ਚੋਣ ਵਿਧੀ ਦੀ ਤਾਂ ਉਸਦੇ ਲਈ ਤੁਹਾਨੂੰ ਦੱਸ ਦਈਏ ਬ ਚੌਣ ਵਿਧੀ ਸੰਬੰਧੀ ਉਮੀਦਵਾਰ ਨੂੰ ਬਾਅਦ ਵਿੱਚ ਬੋਰਡ ਦੀ ਵੈਬਸਾਈਟ ਤੇ trpsb.punjab.gov.in ਤੇ ਸੂਚਿਤ ਕੀਤਾ ਜਾਏਗਾ ਇਸ ਸੰਬੰਧੀ ਉਮੀਦਵਾਰ ਲਗਾਤਾਰ ਬੋਰਡ ਦੀ ਵੈਬਸਾਈਟ ਚੈੱਕ ਕਰਦੇ ਰਹਿਣ ਕਿਸੇ ਵੀ ਉਮੀਦਵਾਰ ਨਾਲ ਵਿਅਕਤੀਗਤ ਤੌਰ ਤੇ ਪੱਤਰ ਵਿਹਾਰ ਨਹੀਂ ਕੀਤਾ ਜਾਵੇਗਾ ਇਸ ਕਰਕੇ ਉਮੀਦਵਾਰ ਵੱਲੋਂ ਇਸ ਭਰਤੀ ਦੀ ਲੇਟੈਸਟ ਅਪਡੇਟ ਲਈ ਬੋਰਡ ਦੀ ਵੈਬਸਾਈਟ ਤੇ ਜੋ ਹੈ ਲਾਜ਼ਮੀ ਤੌਰ ਤੇ ਚੈੱਕ ਕਰਦੇ ਰਹਿਣਾ ਹੋਵੇਗਾ ਦੋਸਤੋ ਇਸ ਦੇ ਨਾਲ ਹੀ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਇਲੈਕਸ਼ਨ ਕਾਨੂਨਗੋ ਦੀ ਜੋ ਭਰਤੀ ਹੈ ਉਸ ਤੇ ਲਈ ਚੋਣ ਵਿਧੀ ਕੀ ਹੈ ਇਸ ਦੇ ਬਾਰੇ ਜੋ ਹੈ ਆਪਾਂ ਨੂੰ ਹਜੇ ਨਹੀਂ ਪਤਾ ਕਿਉਂਕਿ ਬੋਰਡ ਦੀ ਵੈਬਸਾਈਟ ਤੇ ਇਹਨਾਂ ਨੇ ਪਹਿਲਾਂ ਹੀ ਕਲੀਅਰ ਕਰ ਦਿੱਤਾ ਹੈ ਕਿ ਹਜੇ ਤੱਕ ਇਸ ਦੇ ਬਾਰੇ ਕੋਈ ਵੀ ਇਨਫੋਰਮੇਸ਼ਨ ਜੋ ਹੈ ਉਹ ਨਹੀਂ ਪਈ ਤੁਸੀਂ ਬੋਰਡ ਦੀ ਵੈਬਸਾਈਟ ਨੂੰ ਰੈਗੂਲਰਲੀ ਚੈੱਕ ਕਰਦੇ ਰਹਿਣਾ ਹੈ ਕਿਉਂਕਿ ਬੇ ਬਾਅਦ ਵਿੱਚ ਜੋ ਹੈ ਇਸ ਦੀ ਚੋਣ ਵਿਧੀ ਬਾਰੇ ਜੋ ਹੈ ਉਹ ਅਪਡੇਟ ਕਰਦੇ ਰਹਿਣਗੇ ਦੋਸਤੋ ਹੁਣ ਅਸੀਂ ਤੁਹਾਨੂੰ ਸਿੱਧਾ ਲੈ ਚਲਦੇ ਹਾਂ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ trpsv.punjab.gov.in ਦੇ ਉੱਤੇ ਤੁਸੀਂ ਤੁਹਾਡੇ ਸਾਹਮਣੇ ਇਸ ਤਰ੍ਹਾਂ ਦੀ ਵੈਬਸਾਈਟ ਜੋ ਹੈ ਉਹ ਖੁੱਲੇਗੀ अगर तुम्हें इस वैबसाइट के उपर जाके आ ऑनलाइन एप्लीकेशन के उपर क्लिक कर देना है क्लिक करने तो करे तो सामने एक पेज खुल के आ जाता है जिस दे उपर लिखा हुआ होगा कि टू अप्लाई फॉर द पोस्ट ऑफ इलेक्शन कानू अगेंस्ट एडवरटाइजमेंट नंबर है ना नी इस लिंक के उपर जो है क्लिक कर देना है दोस्तों क्लिक करन तो बाद तो सामने इन्हों ਅਪਲਾਈ ਫਾਰਮ ਨੂੰ ਅਪਲਾਈ ਕਰਨ ਦੀ ਇਨਸਟਰਕਸ਼ਨ ਜੋ ਨੇ ਉਹ ਸਾਹਮਣੇ ਆ ਜਾਂਦੀਆਂ ਹਨ ਤੁਸੀਂ ਇਹਨਾਂ ਇਨਸਟਰਕਸ਼ਨ ਨੂੰ ਧਿਆਨ ਨਾਲ ਜੋ ਹੈ ਉਹ ਪੜ੍ਹ ਲੈਣਾ ਹੈ ਅਤੇ ਪੜ੍ਹਨ ਤੋਂ ਬਾਅਦ ਤੁਸੀਂ ਹੇਠ ਲਿਖੇ ਲਿੰਕ ਤੇ ਨਿਊ ਰਜਿਸਟ੍ਰੇਸ਼ਨ ਦੇ ਲਿੰਕ ਉੱਪਰ ਜਾ ਕੇ ਜੋ ਹੈ ਉਹ ਕਲਿੱਕ ਕਰ ਦੇਣਾ ਹੈ ਦੋਸਤੋ ਇਸ ਲਿੰਕ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇੱਕ ਪੇਜ ਜੋ ਹੈ ਉਹ ਖੁੱਲ ਜਾਂਦਾ ਹੈ ਜਿਸ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਕਿ ਪੋਸਟ ਅਪਲਾਈਡ ਇਲੈਕਸ਼ਨ ਕਾਨੂੰਗੋ ਅਤੇ ਦੂਜੇ ਕਾਲਮ ਦੇ ਵਿੱਚ ਤੁਸੀਂ ਆਪਣਾ ਨਾਮ ਫਿਲ ਕਰਨਾ ਹੈ फिर तुम अपना फादर नेम फिल करना है फिर मदर नेम फिर मेल फीमेल जो भी हो वह सिलेक्ट करना है जेकर तो मैरिड हो तो मैरिड जो सिंगल हो तो सिंगल अगे तो अपनी डोमीसाइल स्टेट जो है सिलैक्ट करनी है इस तुं तो बाद अपनी कैटेगरी जो है वो इतों सिलेक्ट कर लेनी है नैशनैलिटी तो इंडियन ही रहेगी जेकर आप डेट ऑफ बर्थ की गल करिएेट ऑफ बर्थ अपनी सिलैक्ट कर लेनी है ईमेल आई डी थोड़ी की है मोबाइल नंबर की है जेकर कोई अल्टरनेट मोबाइल नंबर भरना चाहते हो तो भी फिल कर सकते हो ਇਸ ਤੋਂ ਇਲਾਵਾ ਆਇਡੈਂਟੀਟੀ ਪ੍ਰੂਫ ਟਾਈਪ ਤੁਸੀਂ ਇੱਥੋਂ ਆਪਣਾ ਕੋਈ ਵੀ ਆਇਡੈਂਟੀਟੀ ਪ੍ਰੂਫ ਜੋ ਹੈ ਉਹ ਸਿਲੈਕਟ ਕਰ ਲੈਣਾ ਹੈ ਅਤੇ ਉਸ ਨੂੰ ਬਾਅਦ ਵਿੱਚ ਜੋ ਹੈ ਇੱਥੇ ਫਿਲ ਕਰ ਦੇਣਾ ਹੈ ਤੁਸੀਂ ਤੁਹਾਨੂੰ ਅਸੀਂ ਕੋਲ ਕੇ ਦਿਖਾ ਦਿੰਦੇ ਹਾਂ ਕਿ ਕਿਹੜੇ-ਕਿਹੜੇ ਆਇਡੈਂਟੀਟੀ ਪ੍ਰੂਫ ਵੈਲਿਡ ਹੋਣਗੇ ਜਿਵੇਂ ਕਿ ਤੁਹਾਡੀ ਵੋਟਰ ਆਈਡੀ ਡਰਾਈਵਿੰਗ ਲਾਇਸੈਂਸ ਪਾਸਪੋਰਟ ਐਨੀ ਅਦਰ ਅੱਗੇ ਤੁਸੀਂ ਇਹਨਾਂ ਲਿਖਿਆ ਪੰਜਾਬੀ ਪਾਸਟ 10th ਲੈਵਲ ਜੇਕਰ ਤੁਸੀਂ 10ਵੀਂ ਲੈਵਲ ਤੇ ਪੰਜਾਬੀ ਪਾਸ ਹੋ ਤਾਂ ਇੱਥੇ yes ਤੇ ਕਲਿੱਕ ਕਰਨਾ ਹੈ क्वालिफिकेशन पूरा कर दे थे, ये भी यस से क्लिक करना है जेकर तो इस जेकर तो खिलाफ़ कोई केस नहीं चलता है तो इतने नौ पर क्लिक करना है इस तरह इस तरह ही इतने भी जो है वो से क्लिक करना है जेकर गवर्मेंट इंप्लॉई हो तो इतने यस करना है अदरवाइज़ नो करना है इस तो बाद जेकर डिसमिस किया गया है गवर्नमेंट सर्विस हो तो इतने येस करना है अदरवाइज़ नो करना है इस बाद इसत अपना परमानेंट एड्रेस जो है वो फिल कर देना है इतने तुम्हें अपनी स्टेट फिल करनी है इतने ਡਿਸਟ੍ਰਿਕਟ ਇੱਥੇ ਪਿੰਨ ਕੋਡ ਅਤੇ ਜੇਕਰ ਤੁਹਾਡਾ ਪਰਮਾਨੈਂਟ ਐਡਰੈਸ ਅਤੇ ਕੋਰਸਪੋਂਡਰ ਐਡਰੈਸ ਸੇਮ ਹੈ ਤਾਂ ਤੁਸੀਂ ਇਸ ਟਿੱਕ ਦੇ ਨਿਸ਼ਾਨ ਦੇ ਉੱਪਰ ਜੋ ਹੈ ਉਹ ਕਲਿੱਕ ਕਰ ਦੇਣਾ ਹੈ ਅੱਗੇ ਜੇਕਰ ਆਪਾਂ ਕੁਆਲਿਫਿਕੇਸ਼ਨ ਦੀ ਗੱਲ ਕਰੀਏ ਤਾਂ ਤੁਸੀਂ 10th ਦੇ ਜੋ ਨੰਬਰ ਨੇ ਇੱਥੇ ਜ਼ੀਰੋ ਪਾਸਿੰਗ ਪਰਣਾ ਹੈ ਇੱਥੇ ਤੁਸੀਂ ਕਿਹੜੇ ਬੋਰਡ ਤੋਂ 10th ਕੀਤੀ ਹੈ ਕੀ ਮਾਰਕਸ ਅਬਟੇਨ ਨੇ ਤੁਹਾਡੇ ਟੋਟਲ ਮਾਰਕਸ ਕਿੰਨੇ ਚੋਂ ਆਏ ਹਨ ਅਤੇ ਤੇ ਪਰਸੈਂਟੇਜ ਤੁਸੀਂ ਇੱਥੇ ਭਰਨੀ ਹੈ ਜੇਕਰ ਤੁਸੀਂ ਰੈਗੂਲਰ ਕੀਤੀ ਹੈ ਤਾਂ ਰੈਗੂਲਰ ਦੇ ਡਿਸਟੈਂਸ ਕੀਤੀ ਹੈ ਤਾਂ ਡਿਸਟੈਂਸ ਨਹੀਂ ਇੱਥੇ ਫਿਲ ਕਰਨਾ ਹੈ ਇਸ ਤਰ੍ਹਾਂ ਹੀ ਤੁਸੀਂ ਪਲੱਸ 2 ਦੀ ਫਿਲ ਡਿਟੇਲ ਜੋ ਹੈ ਉਹ ਫਿਲ ਕਰਨੀ ਹੈ ਇਸ ਤਰ੍ਹਾਂ ਹੀ ਗ੍ਰੈਜੂਏਸ਼ਨ ਦੀ ਡਿਟੇਲ ਫਿਲ ਕਰਨੀ ਹੈ ਅਤੇ ਇਸ ਤੋਂ ਬਾਅਦ ਤੁਸੀਂ ਇੱਥੇ ਆ ਗਿਆ ਕਾਲਮ ਦੇ ਉੱਪਰ ਜੋ ਹੈ ਇੱਥੇ ਟਿਕ ਕਰ ਦੇਣਾ ਹੈ ਅਤੇ ਇਸ ਤੋਂ ਬਾਅਦ ਥੱਲੇ ਜਾ ਕੇ ਇਸ ਸੇਵ ਬਟਨ ਦੇ ਉੱਪਰ ਜੋ ਹੈ ਕਲਿੱਕ ਕਰਨ ਦੇਣਾ ਹੈ ਦੋਸਤੋ ਸੇਵ ਬਟਨ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਲੌਗਇਨ ਆਈਡੀ ਅਤੇ ਪਾਸਵਰਡ ਮਿਲ ਜਾਂਦਾ ਹੈ ਜਿਸ ਤਰ੍ਹਾਂ ਤੁਸੀਂ ਆਪਣੀ ਲੌਗਇਨ ਆਈਡੀ ਜੋ ਪਾਸਵਰਡ ਹੈ ਉਹ ਅਸੀਂ ਤੁਹਾਨੂੰ ਦੱਸਦੇ ਹਾਂ ਦੋਸਤੋ ਜਦੋਂ ਤੁਹਾਨੂੰ ਲੌਗਇਨ ਆਈਡੀ ਅਤੇ ਪਾਸਵਰਡ ਮਿਲ ਜਾਂਦਾ ਹੈ ਤਾਂ ਤੁਸੀਂ ਉਸ ਤੋਂ ਬਾਅਦ ਇਸ ਲਿੰਕ ਨੂੰ ਜੋ ਹੈ ਓਪਨ ਕਰ ਲੈਣਾ ਹੈ ਤੁਸੀਂ ਇੱਥੇ ਆਪਣੀ ਲੌਗਇਨ ਆਈਡੀ ਅਤੇ ਪਾਸਵਰਡ ਭਰ ਕੇ ਚੁਆਇਸ ਨੂੰ ਓਪਨ ਕਰ ਲੈਣਾ ਹੈ ਅਤੇ ਬਾਅਦ ਵਿੱਚ ਇੱਥੇ ਆਪਣੀ ਫੋਟੋ ਅਤੇ ਸਾਈਨ ਜੋ ਹੈ ਉਹ ਅਪਲੋਡ ਕਰਨ ਤੋਂ ਬਾਅਦ ਪੇ ਫੀਸ ਜੋ ਹੈ ਆਪਣੀ ਫੀਸ ਜੋ ਹੈ ਉਹ ਪੇ ਕਰ ਦੇਣੀ ਹੈ ਦੋਸਤੋ ਇਸ ਪੇ ਫੀਸ ਜੋ ਹੈ ਤੁਸੀਂ ਆਨਲਾਈਨ ਨੈਟ ਬੈਂਕਿੰਗ ਡੈਬਿਟ ਕਾਰਡ ਕ੍ਰੈਡਿਟ ਕਾਰਡ ਰਾਹੀਂ ਜੋ ਹੈ ਉਹ ਪੇ ਕਰ ਸਕਦੇ ਹੋ ਦੋਸਤੋ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਦੇ ਹੋ ਧੰਨਵਾਦ ਦੋਸਤੋ